ਲਾਭ ਦੀ। ਤੇ ਗੁਰਬਾਣੀ ਵਿੱਚ ਸਤਿਗੁਰੂ ਜੀ ਮਹਾਰਾਜ ਜੀ ਨੇ ਇੱਕ ਬਚਨ ਕੀਤਾ, ਬੜਾ ਹੀ ਪਿਆਰਾ, ਬੜਾ ਸੁਖੈਨ, ਗੁਰੂ ਅਰਜਨ ਦੇਵ ਜੀ ਦਾ ਬਚਨ, ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ, ਗੁਰ ਕਹਿਆ ਸੋ ਚਿੱਤ ਧਰ ਹਾਂ, ਅਨਸੋ ਤੋਰ ਫੇਰ ਹਾਂ, ਐਸੇ ਲਾਲਨ ਪਾਇਓ ਰੀ ਸਖੀ। ਐਵੇਂ ਲਾਲਨ ਦੀ ਪ੍ਰਾਪਤੀ ਹੁੰਦੀ, ਰੱਬ ਦੀ ਪ੍ਰਾਪਤੀ ਹੁੰਦੀ। ਕਿਵੇਂ ਪ੍ਰਾਪਤੀ ਹੁੰਦੀ? ਗੋਬਿੰਦ ਗੋਬਿੰਦ ਕਰ ਹਾਂ, ਇੱਕ ਤਾਂ ਆਪਣੀ ਰਸਨਾ ਦੇ ਨਾਲ ਗੋਬਿੰਦ ਜੀ ਦਾ ਨਾਮ ਜਪਦੇ ਰਹਿਣਾ, ਵਾਹਿਗੁਰੂ ਵਾਹਿਗੁਰੂ ਹਰ ਟਾਈਮ ਜਪਦੇ ਰਹਿਣਾ। ਸੋ ਰਸਨਾ ਨਾਮ ਜਪੋ ਤਬ ਮਥੀਐ ਇਹ ਨਿਬਿਧ ਅੰਮ੍ਰਿਤ ਪਾਵੋ। ਜਦੋਂ ਤੱਕ ਅਸੀਂ ਰਸਨਾ ਦੇ ਨਾਲ ਜਾਪ ਨਹੀਂ ਕਰਦੇ ਉਦੋਂ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਸੋ ਭਾਵੇਂ ਅੱਜ ਸਾਡੇ ਪੰਥ ਵਿੱਚ ਬਹੁਤ ਸਾਰੇ ਮੇਰੇ ਵਰਗੇ ਆਲਸੀ ਸਰੀਰ ਹਨ ਜਿਨ੍ਹਾਂ ਦੇ ਕੋਲ ਜਾਪ ਨਹੀਂ ਹੁੰਦਾ, ਕਿਉਂਕਿ ਜਾਪ ਕਰਨਾ ਵੀ ਬੜਾ ਕਠਿਨ ਹੈ ਨਾ, ਆਖਣੇ ਔਖਾ ਸਾਚਾ ਨਾ ਹੋ, ਜਾਪ ਹੁੰਦਾ ਨਹੀਂ, ਤੜਕੇ ਇਸ਼ਨਾਨ ਪਾਣ ਹੁੰਦਾ ਨਹੀਂ, ਆਲਸੀ ਉਲਝੇ ਹੋਏ ਜੀਵਨ ਵਾਲੇ ਮੇਰੇ ਵਰਗੇ, ਫਿਰ ਉਹ ਜਾਪ ਹੁੰਦਾ ਨਹੀਂ। ਅਤੇ ਕਈ ਵਾਰੀ ਉਹਨਾਂ ਦੇ ਮਨਾਂ ਵਿੱਚ ਇਸ ਤਰ੍ਹਾਂ ਦੇ ਵਲਵਲੇ ਆ ਜਾਂਦੇ ਨੇ ਕਿ ਸ਼ਾਇਦ ਜਾਪ ਕਰਨ ਦੇ ਨਾਲ ਕੋਈ ਲਾਭ ਨਹੀਂ ਹੁੰਦਾ ਹੈ, ਤੋਤਾ ਰੱਟ ਹੈ, ਜੇ ਹੈ ਉਹ ਹੈ। ਨਹੀਂ ਭਾਈ, ਐਸਾ ਨਹੀਂ ਹੈ। ਗੁਰਮਤ ਦੀ ਤੇ ਸ਼ੁਰੂਆਤ ਹੀ ਜਾਪ ਤੋਂ ਹੈ, ਜਪ ਤੋਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਦਾ ਨਾਉਂ ਜਪ ਹੈ। ਜੀ ਅਤੇ ਸਾਹਿਬ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ, ਜਪ ਜੀ ਸਾਹਿਬ। ਗੁਰਮਤ ਦੀ ਸ਼ੁਰੂਆਤ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਸ਼ੁਰੂਆਤ ਜੋ ਹੈ ਉਹ ਜਪ ਤੋਂ ਹੈ। ਜਿੰਨਾ ਚਿਰ ਅਸੀਂ ਜਾਪ ਨਹੀਂ ਕਰਦੇ, ਨਾਮ ਨਹੀਂ ਜਪਦੇ ਸਾਧ ਸੰਗਤ ਜੀ, ਉਹਨਾਂ ਚਿਰ ਖੇਡ ਨਹੀਂ ਬਣਦੀ। ਇਸ ਕਰਕੇ ਰਸਨਾ ਦੇ ਨਾਲ ਨਾਮ ਜਪਣਾ ਚਾਹੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਚਨ, ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ। ਉਹ ਰਸਨਾ ਧੰਨ ਹੈ, ਇੱਕ ਨਹੀਂ ਦੋ ਵਾਰੀ ਧੰਨ ਧੰਨ ਹੈ। ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਜਿਹੜੀ ਰਸਨਾ ਮਹਾਰਾਜ ਦੇ ਗੁਣ ਗਾਉਂਦੀ ਨਾ, ਉਹਨੂੰ ਸਤਿਗੁਰਾਂ ਨੇ ਦੋ ਵਾਰੀ ਧੰਨ ਆਖਿਆ। ਤੇ ਜਿਹੜੀ ਰਸਨਾ ਗੁਣ ਨਹੀਂ ਨਾ ਗਾਉਂਦੀ, ਜਾਪ ਨਹੀਂ ਕਰਦੀ, ਸਤਿਗੁਰਾਂ ਨੇ ਇਹ ਵੀ ਬਚਨ ਕੀਤਾ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਵੀ ਤਿਲ ਤਿਲ ਕਰਕੇ ਕੱਟ ਦਿਓ, ਵੀ ਉਹ ਜ਼ਬਾਨ ਦਾ ਕੋਈ ਲਾਭ ਨਹੀਂ। ਇੱਕ ਬਚਨ ਆਇਆ ਗੁਰੂ ਅਮਰਦਾਸ ਜੀ ਦਾ, ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਮ ਵਿਸਾਰਿਆ। ਮਹਾਰਾਜ ਕਹਿੰਦੇ ਸਮਾਨ ਜ਼ਬਾਨ ਸੜ ਜਾਵੇ ਉਹ ਜਿਹੜੀ ਜ਼ਬਾਨ ਨਾਮ ਹੀ ਨਹੀਂ ਜਪਦੀ। ਹੁਣ ਆਪੇ ਦੇਖ ਲਓ ਭਾਈ, ਸਾਨੂੰ ਜਾਪ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਰਸਨਾ ਨਾਲ ਜਪਣਾ ਚਾਹੀਦਾ ਕਿ ਨਹੀਂ ਚਾਹੀਦਾ। ਸਾਧ ਸੰਗਤ ਦੀ ਕੋਈ ਆਲਸੀ ਸਰੀਰ ਮੇਰੇ ਵਰਗਾ ਦਲਿੱਦਰੀ ਇਹ ਬਚਨ ਕਰੀ ਜਾਵੇ ਕਿ ਜਾਪ ਦੀ ਕੋਈ ਲੋੜ ਨਹੀਂ ਹੈ, ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ ਹੈ, ਬੇਨਤੀ ਕਰਾਂ ਹੱਥ ਬੰਨ ਕੇ ਮਤਾ ਕੇ ਤੇ ਉਹਦਾ ਬਚਨ ਮੰਨ ਕੇ, ਸੋ ਆਪਾਂ ਵੀ ਆਲਸੀ ਹੋ ਜਾਈਏ, ਮਹਾਰਾਜ ਦੀ ਬਾਣੀ ਦਾ ਨਿਤਨੇਮ ਛੱਡ ਦਈਏ, ਜਾਪ ਕਰਨਾ ਛੱਡ ਦਈਏ, ਉਹ ਸਾਡੇ ਮਨ ਦਾ ਭੁਲੇਖਾ ਹੋਵੇਗਾ। ਇਸ ਭੁਲੇਖੇ 'ਚ ਨਹੀਂ ਪੈਣਾ ਚਾਹੀਦਾ। ਮਹਾਰਾਜ ਨੇ ਸਾਨੂੰ ਸਰੀਰ ਨਾਮ ਜਪਣ ਵਾਸਤੇ ਦਿੱਤਾ ਔਰ 84 ਲੱਖ ਜੂਨ ਤੋਂ ਬਾਅਦ ਇਹ ਸਾਨੂੰ ਸਰੀਰ ਪ੍ਰਾਪਤ ਹੋਇਆ। ਸਤਿਗੁਰਾਂ ਦੀ ਬਾਣੀ ਦਾ ਵਚਨ ਰਹਿ ਰਾਸ ਵਿੱਚ ਹੁਣੇ ਪੜ੍ਹਿਆ ਗਿਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕਿ ਹੋਰ ਕੋਈ ਵੀ ਕੰਮ ਸਾਡੇ ਕੰਮ ਆਉਣ ਵਾਲਾ ਕੰਮ ਨਹੀਂ ਹੈ। ਜੇ ਕੋਈ ਕੰਮ ਸਾਡੇ ਕੰਮ ਆਉਣ ਵਾਲਾ ਕੰਮ ਹੈ ਤਾਂ ਉਹ ਇਹ ਕੰਮ ਹੈ ਕਿ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਸ ਕਰਕੇ ਜਾਪ ਜ਼ਰੂਰੀ ਹੈ। ਪਹਿਲਾਂ ਸਤਿਗੁਰਾਂ ਨੇ ਸੋ ਉਪਦੇਸ਼ ਦਿੱਤਾ, ਗੋਬਿੰਦ ਗੋਬਿੰਦ ਕਰ ਹਾਂ, ਗੋਬਿੰਦ ਗੋਬਿੰਦ ਕਰਦੇ ਰਹੋ, ਨਾਮ ਜਪਦੇ ਰਹੋ, ਔਰ ਹਰ ਹਰ ਮਨ ਪਿਆਰ ਹਾਂ। ਇਹ ਨਹੀਂ ਕਿ ਜਿਵੇਂ ਕਹਾਵਤ ਬਣੀ ਮੁੱਖ ਮੇ ਰਾਮ ਰਾਮ ਬਗਲ ਮੇ ਸ਼ੁਰਾ ਵਾਲੀ ਗੱਲ, ਮਨ ਵਿੱਚ ਵੀ ਪਿਆਰ ਹੋਵੇ, ਰਸਨਾ ਤੋਂ ਵੀ ਜਾਪ ਕਰੀਏ ਔਰ ਮਨ ਵਿੱਚ ਵੀ ਪਰਮਾਤਮਾ ਦੇ ਪ੍ਰਤੀ ਪਿਆਰ ਹੋਵੇ। ਜੇ ਇਕੱਲੀ ਰਸਨਾ ਤੋਂ ਜਾਪ ਕਰਾਂਗੇ, ਹਿਰਦੇ 'ਚ ਪਿਆਰ ਨਹੀਂ ਹੋਵੇਗਾ, ਤਾਂ ਹੋ ਸਕਦਾ ਆਪਾਂ ਕਠੋਰ ਵੀ ਬਣ ਜਾਈਏ। ਫਿਰ ਖਾਲੀ ਉਹ ਸਾਡਾ ਕਰਮ ਕਾਂਡ ਹੈ, ਉਪਾਸ਼ਨਾ ਕਾਂਡ ਤੇ ਬ੍ਰਹਮ ਗਿਆਨ ਕਾਂਡ ਨਹੀਂ ਬਣੇਗਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਵੇਗੀ। ਫਿਰ ਸਮਝ ਲਓ ਅਸੀਂ ਖਾਲੀ ਸ਼ਰ੍ਹਾਂ ਵਾਲੇ ਹਾਂ, ਜੇ ਇਕੱਲਾ ਜਾਪ ਹੀ ਕਰਦੇ ਹਾਂ ਤੇ।
ਉਹ ਸ਼ਰੀਅਤ ਜਿਹੜੀ ਆ ਹਕੀਕਤ ਤੱਕ ਨਹੀਂ ਪਹੁੰਚੇਗੀ, ਫਿਰ ਖਾਲੀ ਸਾਡਾ ਕਰਮ ਕਾਂਡ। ਇਸ ਕਰਕੇ ਹਰ ਹਰ ਮਨ ਪਿਆਰ ਹਾਂ, ਧੰਨ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਪਿਆਰੇ ਬਚਨ ਨੇ ਸਾਧ ਸੰਗਤ, ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ, ਗੁਰ ਕਹਿਆ ਸੋ ਚਿੱਤ ਧਾਰ ਹਾਂ। ਅਗਲਾ ਬਚਨ ਤੀਸਰਾ ਇਹ ਉਪਦੇਸ਼ ਹੈ ਜਿਹਨੇ ਰੱਬ ਨੂੰ ਪ੍ਰਾਪਤ ਕਰਨਾ ਕਿ ਜੋ ਸਤਿਗੁਰਾਂ ਨੇ ਕਿਹਾ ਨਾ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀ ਹੈ ਉਹਦੇ ਤੇ ਚੱਲਣਾ ਹੈ, ਲਕੀਰ ਦੇ ਫਕੀਰ ਬਣ ਕੇ। ਕਿਉਂਕਿ ਗੁਰੂ ਸਾਡਾ ਸੁਜਾਖਾ ਹੈ, ਅਸੀਂ ਅੰਧੇ ਹਾਂ, ਤੇ ਅੰਧਾ ਬੰਦਾ ਚਲਾਕੀਆਂ ਨਹੀਂ ਕਰਦਾ ਹੁੰਦਾ, ਜਿਹਦਾ ਉਹਨੇ ਪੱਲੜੂ ਫੜਿਆ ਹੋਵੇ, ਬਾਂਹ ਫੜੀ ਹੋਵੇ, ਜਾਂ ਤੇ ਬਾਂਹ ਨਾ ਫੜੇ ਅੰਨਾ, ਤੇ ਜੇ ਬਾਂਹ ਫੜੀਏ ਫਿਰ ਚਲਾਕੀਆਂ ਕੋਈ ਨਹੀਂ। ਸਤਿਗੁਰੂ ਸਾਡੇ ਸੁਜਾਖੇ ਨੇ ਤੇ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਹਮ ਅੰਧਲੇ ਗਿਆਨਹੀਨ ਅਗਿਆਨੀ ਹਾਂ। ਇਸ ਕਰਕੇ ਗੁਰੂ ਦੀ ਬਾਂਹ ਫੜ ਲੈਣੀ, ਜੋ ਗੁਰੂ ਨੇ ਕਹਿ ਦਿੱਤਾ, ਜੋ ਗੁਰ ਕਹਿਆ ਸੋ ਮਨ ਕਹਿ ਕਾਮ, ਉਹ ਮੇਰੇ ਮਨ ਦੇ ਕੰਮ ਆਉਣ ਵਾਲਾ ਔਰ ਮੈਂ ਉਹਨੂੰ ਮੰਨਾਂਗਾ, ਮੇਰਾ ਗੁਰੂ ਸੁਜਾਖਾ ਹੈ ਤੇ ਗੁਰੂ ਦਾ ਇੱਕ ਇੱਕ ਬਚਨ ਮੰਨਾਂਗਾ ਆਪਣੇ ਜੀਵਨ ਦੇ ਵਿੱਚ। ਇਹ ਸਾਧ ਸੰਗਤ ਜੀ ਤੀਸਰਾ ਬਚਨ ਹੈ। ਗੁਰ ਕਹਿਆ ਸੋ ਚਿੱਤ ਧਾਰ ਹਾਂ ਔਰ ਅਨਸਿਓ ਤੋਰ ਫੇਰ ਹਾਂ। ਜਿਹੜੀਆਂ ਹੋਰ ਆਪਾਂ ਲਾਈਆਂ ਹੋਈਆਂ ਨੇ ਸੁਰਤਾਂ, ਹੋਰ ਪਾਸੇ ਪਿਆਰ ਲਾਇਆ ਹੋਇਆ ਨਾ, ਉਹਦੇ ਨਾਲ ਤੋੜ ਫੋੜ ਕਰਦੇ ਨਹੀਂ, ਭਾਵ ਗੁਰੂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਸਦਕ ਨਾ ਰੱਖਣਾ, ਤਵੱਕਾ ਨਾ ਰੱਖਣਾ, ਭਰੋਸਾ ਨਾ ਰੱਖਣਾ, ਆਸਥਾ ਨਾ ਰੱਖਣੀ, ਸ਼ਰਧਾ ਨਾ ਰੱਖਣੀ, ਸੋ ਐਸੇ ਲਾਲਨ ਪਾਇਓ ਰੀ ਸਖੀ, ਇਸ ਤਰ੍ਹਾਂ ਉਹਦੀ ਪ੍ਰਾਪਤੀ ਹੁੰਦੀ ਹੈ ਕਰਤਾ ਪੁਰਖ ਦੀ। ਮਰ ਕੇ ਕੋਈ ਰੱਬ ਨੂੰ ਨਹੀਂ ਮਿਲਦਾ ਹੈ, ਕਈ ਜੀਵਤ ਹੀ ਮਿਲ ਜਾਂਦੇ ਹਨ, ਜੀਵਤ ਬੰਧਨ ਤੋਰੇ। ਸੋ ਭਗਤ ਨਾਮਦੇਵ ਸਾਹਿਬ ਜੀ ਨੇ ਕਿਹਾ ਸੀ ਨਾ, ਮੋਏ